जिला गुरदासपुर के शहर बटाला में लगने जा रहे सार्स मेले को लेकर जिला प्रशासन की तरफ से तैयारियां मुकम्मल की जा रही हैं। वहीं डीसी गुरदासपुर ने बताया कि इस मेले में पूरे भारत से भारतीय सभ्यता की अलग अलग झलक देखने को मिलेगी। वहीं उन्होंने कहा कि सार्स मेला 14 से 25 मार्च तक बटाला की दाना मंडी में लगेगा और सार्स मेले को सफल बनाने के लिए अलग अलग विभागों की तरफ से अपनी तैयारियां पूरी की जा रही हैं और सुरक्षा के भी कड़े प्रबंध किए जा रहे हैं। ਜਿਹੜਾ ਸਾਰਸ ਮੇਲਾ ਇੱਥੇ 14 ਤੋਂ 25 ਤੱਕ ਲਾਇਆ ਜਾਣਾ, ਇਹਦੀ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟ ਕਰ ਰਹੇ ਹਾਂ। ਬੜਾ ਸਿਸਟਮੈਟਿਕਲੀ ਇਹਦਾ ਪੰਡਾਲ ਤਿਆਰ ਕੀਤਾ, ਜਿਹਦੇ ਲਈ ਗੇਟ ਬੜੇ ਵਧੀਆ ਤਰੀਕੇ ਨਾਲ ਬਣਾਏ ਗਏ ਨੇ। ਜਿਹੜੇ ਸਾਰੇ ਗੇਟ ਨੇ ਉੱਥੇ ਫੋਰਸ ਲਾਵਾਂਗੇ, ਅਦਰਵਾਈਜ਼ ਇਹਦੇ 4 ਸਵੇਰੇ ਸਾਡੀਆਂ ਕੋਈ ਕੁਰੈਕਸ਼ਨ ਟੀਮਸ ਹੋਣਗੀਆਂ, ਡੇਲੀ ਇਹਦੀ ਐਂਟੀਸੈਪਟਿਕ ਚੈਕਿੰਗ ਕਰਾਵਾਂਗੇ। ਅਤੇ ਜਿਹੜੀ ਈਵਨ ਪਾਰਕਿੰਗ ਏਰੀਆ ਵੀ ਬਹੁਤ ਵਧੀਆ ਤਿਆਰ ਕੀਤਾ, ਪਾਰਕਿੰਗ ਲਈ ਵੀ ਫੋਰਸ ਕੀ ਡੇ ਟੂ ਡੇ ਬੇਸਿਸ 'ਤੇ ਅਸੀਂ ਕਰਾਂਗੇ। ਤਕਰੀਬਨ 200 ਤੋਂ 300 ਬੰਦਾ ਸਾਡਾ ਡੇਲੀ ਲੱਗਿਆ ਕਰੇਗਾ, ਜਿਹਦੇ 'ਚ ਲੇਡੀ ਫੋਰਸ ਵੀ ਹੋਏਗੀ। ਬਾਕੀ ਸਾਰਾ ਜਿਹੜਾ ਇਹ ਕੰਪਲੈਕਸ ਇਹਨਾਂ ਤਿਆਰ ਕੀਤਾ, ਇਹਦੇ ਵਿੱਚ CCTV ਕੈਮਰੇ ਲੱਗੇ ਨੇ, ਉਹ ਵੀ ਮੋਨੀਟਰ ਕਰਾਂਗੇ।